ਨਵਜੋਤ ਸਿੰਘ ਸਿੱਧੂ ਨੂੰ 2022 ਚ ਮੁੱਖ ਮੰਤਰੀ ਬਣਾਉਣ ਦਾ ਭਰੋਸਾ ਦੇ ਕੇ ਪੀਡੀਏ ਚ ਸ਼ਾਮਲ ਕਰਨ ਲਈ ਆਫਰ ਦੇਣ ਵਾਲੇ ਸੁਖਪਾਲ ਖਹਿਰਾ ਨੂੰ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਜਵਾਬ ਦਿੱਤਾ ਹੈ। ਰੰਧਾਵਾ ਨੇ ਖਹਿਰਾ ਤੇ ਤੰਜ ਕੱਸਦੇ ਹੋਏ ਕਿਹਾ ਕਿ ਜੋ ਵਿਅਕਤੀ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ ਉਹ ਸਿੱਧੂ ਨੂੰ ਮੁੱਖ ਮੰਤਰੀ ਕਿਵੇਂ ਬਣਾ ਸਕਦਾ ਹੈ। ਉਹਨੂੰ ਪਹਿਲਾਂ ਆਪਣੀ ਜਮਾਨਤ ਤੇ ਬਚਾ ਲੈਂਦਾ ਜਿਹੜਾ ਉਹਨੂੰ ਪੁੱਛੀ ਜਾਂਦਾ ਤੁਸੀਂ ਬਿਨਾਂ ਮਤਲਬ ਤੋਂ ਜਰਕਾ ਦਾ ਜਿਹੜਾ ਬੰਦਾ ਆਪਣੀ ਜਮਾਨਤ ਨਹੀਂ ਬਚਾ ਸਕਿਆ ਤੇ ਉਹ ਨਵਜੋਤ ਸਿੱਧੂ ਨੂੰ ਲੈ ਕੇ ਉਹਦਾ ਪੱਠਾ ਵਟਾ ਦੂ। ਇਸ ਦੇ ਨਾਲ ਹੀ ਰੰਧਾਵਾ ਨੇ ਬਲੂ ਸਟਾਰ ਸਮੇਂ ਆਰਮੀ ਵੱਲੋਂ SGPC ਨੂੰ ਦਿੱਤੇ ਗਏ ਸਰੂਪਾਂ ਤੇ ਹੋਰ ਸਮਾਨ ਨੂੰ ਲੈ ਕੇ ਅਕਾਲੀ ਦਲ ਤੇ ਸਵਾਲ ਵੀ ਖੜੇ ਕੀਤੇ ਨੇ। ਇਹਦੇ ਚ ਹੁਣ ਅਕਾਲੀ ਦਲ ਨੂੰ ਜਵਾਬ ਦੇਣਾ ਹੋਏਗਾ ਕਿ ਜਿਹੜੇ ਅੱਜ ਤੱਕ ਅਲੰਬਰਦਾਰ ਬਣੇ ਨੇ ਤੇ ਜਿਹੜੇ ਕਹਿੰਦੇ ਸੀ ਕਿ ਸਿੱਖੀ ਅਸੀਂ ਬਚਾ ਕੇ ਰੱਖੀ ਹੈ ਉਹ ਦੱਸਣ ਕਿ ਜੇ ਗੁਰੂ ਗ੍ਰੰਥ ਸਾਹਿਬ ਉੱਥੇ ਕਿਵੇਂ ਚਲਾ ਗਿਆ ਔਰ ਉਹਦਾ 4 ਕਰੋੜ ਦੀ ਕਿਵੇਂ ਹੋਈ ਇਹਦੀ ਇਨਕੁਆਇਰੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਹੈ। ਮੈਂ ਤੇ ਕਹਿਣਾ ਸਗੋਂ ਕਿ ਅੱਜ ਗੱਲ ਨਿਕਲੀ ਹੈ ਇਹ ਪਹਿਲਾਂ ਉਸੇ ਦਿਨ ਤੋਂ ਹੀ ਬਾਹਰ ਆ ਜਾਣੀ ਚਾਹੀਦੀ ਸੀ ਕਿ ਇਹ ਰਿਕਾਰਡ ਕਿੱਥੇ ਇੰਨੀ ਦੇਰ ਕਦੀ ਵੀ ਆਰਮੀ ਕੋਈ ਚੀਜ਼ ਆਪਣੇ ਕੋਲ ਨਹੀਂ ਰੱਖਦੀ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਸ਼ਿਕਾਇਤ ਨਿਵਾਰਨ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਕੀਤੀ ਗਈ ਜਿਸ 'ਚ ਨਸ਼ਾ ਵੇਚ ਰਹੇ ਕੈਮਿਸਟਾਂ ਤੇ ਚੈਕਿੰਗ ਕਰਨ ਦੀ ਸਹਿਮਤੀ ਬਣਾਈ ਗਈ ਹੈ। ਚੰਡੀਗੜ੍ਹ ਤੋਂ ਰਵਿੰਦਰ ਮੀਤ, ਦੈਨਿਕ ਸਵੇਰਾ TV। ਜਾਗਦੇ ਰਹੇ।